ਲੋਕ ਸਭਾ ਚੋਣਾਂ ਨੂੰ ਲੈ ਕੇ ਸੰਗਰੂਰ ਦੀ ਸੀਟ ਨੂੰ ਸਭ ਤੋਂ ਚੁਣੌਤੀਪੂਰਨ ਮੰਨਿਆ ਜਾਂਦਾ ਹੈ। ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਉਸ ਸੀਟ 'ਤੇ ਆਪਣੀ ਦਾਅਵੇਦਾਰੀ ਠੋਕ ਚੁੱਕੇ ਨੇ ਅਤੇ ਪਿਛਲੀ ਵਾਰ ਵੀ ਆਪਣੀ ਜਿੱਤ ਦੇ ਝੰਡੇ ਭਗਵੰਤ ਮਾਨ ਵੱਲੋਂ ਗੱਡੇ ਗਏ ਸੀ। ਪਰ ਹੁਣ ਇਸ ਸੀਟ 'ਤੇ ਨਾ ਕੋਈ ਕਾਂਗਰਸ ਨੂੰ ਉਮੀਦਵਾਰ ਲੱਭ ਰਿਹਾ ਅਤੇ ਨਾ ਹੀ ਅਕਾਲੀ ਦਲ ਨੂੰ। ਇਸ ਬਾਰੇ ਅੱਜ ਜਦੋਂ ਅਕਾਲੀ ਦਲ ਦੇ ਸੰਗਰੂਰ ਤੋਂ ਗੜ ਮੰਨੇ ਜਾਂਦੇ ਸੁਖਦੇਵ ਸਿੰਘ ਢੀਂਡਸਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਤਾਂ ਇਹ ਚੋਣ ਲਈ ਲੜਨਗੇ, ਪਰ ਉਹਨਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਬਾਰੇ ਉਹ ਕੁਝ ਨਹੀਂ ਕਹਿ ਸਕਦੇ ਅਤੇ ਉਹਨਾਂ ਦੇ ਗੋਲਮੋਲ ਜਵਾਬ ਨੇ ਇਹ ਤਾਂ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਸੰਗਰੂਰ ਤੋਂ ਅਕਾਲੀ ਦਲ ਪਾਸੋਂ ਪਰਮਿੰਦਰ ਸੀਟ ਲੜ ਸਕਦੇ ਨੇ। ਦੇਖੋ, ਮੈਂ ਤਾਂ ਇੱਕੋ ਗੱਲ ਕਈ ਵਾਰੀ ਕਹਿ ਚੁੱਕਿਆ ਕਿ ਇਹ ਤਾਂ ਪਰਮਿੰਦਰ ਨਾਲ ਗੱਲ ਕਰੋ ਕਿ ਉਹਨੇ ਲੜਨੀ ਹੈ, ਕੀ ਕਰਨਾ। ਮੇਰੀ ਤਾਂ ਕੋਈ ਸਿਧਾਂਤਕ ਹੈਗੀ ਹੈ, ਸਿਧਾਂਤਕ ਤੌਰ 'ਤੇ ਮੇਰਾ ਉਹੀ ਸਟੈਂਡ ਹੈ ਜੋ ਪਹਿਲਾਂ ਸਟੈਂਡ ਕੀ ਪਰਮਿੰਦਰ ਜੀ ਜੇ ਪਾਰਟੀ ਪਰਮਿੰਦਰ ਕਹਿ ਸਕਦਾ ਮੈਂ ਉਹਦੇ ਪਰਮਿੰਦਰ ਬਾਰੇ ਕੁਝ ਉਹੀ ਡਿਸਾਈਡ ਕਰਨਗੇ, ਉਹੀ ਡਿਸਾਈਡ ਕਰੇਗਾ ਕੀ ਕਰਨਾ। ਤੁਸੀਂ ਪਹਿਲਾਂ ਕਿਹਾ ਸੀ ਸਰ ਮੈਂ ਪਰਮਿੰਦਰ ਨੂੰ ਵੀ ਮਨਾ ਕਰਨਾ ਵੀ ਨਹੀਂ ਚਾਹੁੰਦਾ, ਕਿਹਾ ਉਹਨਾਂ ਨੂੰ ਹੁਣ ਵੀ ਕਿਹਾ ਕਿ ਨਾ ਲੜੇ ਕਿ ਹੋ ਸਕਦਾ ਵੀ ਢੀਂਡ ਸਾਹਿਬ ਤੋਂ ਬਾਹਰ ਚਲ ਜਾਣਾ। ਇਹ ਤਾਂ ਹੁਣ ਇੰਡੀਪੈਂਡੈਂਟ ਅਪਣਾ ਲਓ, ਪੰਜ ਵਾਰੀ ਐੱਮ ਐੱਲ ਏ 10 ਮਿਨਿਸਟਰ ਹੈ, ਪੰਜ ਵਾਰੀ ਮੇਰੇ ਕੋਈ ਵਿਵਸਥਾ ਨਹੀਂ ਹੈ। ਉਹ ਆਪਦਾ ਦੇਖੇ, ਉਹਨੇ ਆਪਦੀ ਰਾਜਨੀਤੀ ਦੇਖਣੀ ਹੈ। ਮੈਂ ਆਪਣਾ ਮੈਂ ਤਾਂ ਆਪਦਾ ਰਿਟਾਇਰਮੈਂਟ ਹੀ ਹੈ ਮੇਰੀ। ਕੀ ਤੁਸੀਂ ਸੰਨਿਆਸ ਲੈ ਕੇ ਰਾਜਨੀਤੀ? ਮੇਰਾ ਰਿਟਾਇਰਮੈਂਟ ਦਾ ਮੀਨ ਕੀ ਹੁੰਦਾ ਸੰਨਿਆਸ? ਹੋਰ ਗੱਲ ਆ, ਰਿਟਾਇਰਮੈਂਟ ਉਹਦੇ ਹਾਲਾਤ ਕਿਵੇਂ ਨੇ ਜੀ? ਅਕਾਲੀ ਦਲ ਦੇ ਫੇਵਰ 'ਚ ਨੇ ਸੰਗਰੂਰ 'ਚ ਜਾਂ ਕਿਵੇਂ ਨਹੀਂ? ਮੈਂ ਕਿਵੇਂ ਜੇ ਤਾਂ ਲੋਕਾਂ ਨੇ ਫੈਸਲਾ ਕਰਨਾ ਹੈ। ਜਿਵੇਂ ਤੁਸੀਂ ਪਹਿਲਾਂ ਕਿਹਾ ਸੀ, ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਵੀ ਹਾਲਾਤ ਥੋੜੇ ਠੀਕ ਨਹੀਂ ਹੈਗੇ, ਮੈਂ ਤਾਂ ਪਰਮਿੰਦਰ ਨੂੰ ਕਹਿ ਰਿਹਾ ਮੈਂ ਆਪ। ਮੈਂ ਤਾਂ ਉਹੀ ਮੇਰਾ ਪੁਰਾਣਾ ਸਟੈਂਡ ਤੁਹਾਨੂੰ ਕਹਿੰਦਾ, ਮੈਂ ਦੁਬਾਰਾ ਮੇਰਾ ਸਟੈਂਡ ਹੋ ਗਿਆ। ਅਤੇ ਸਰ ਟਕਸਾਲੀ ਦੇ ਵੀ ਉਹਨੂੰ ਕਿਸੇ ਨਾਲ ਸਮਝੌਤਾ ਨਹੀਂ ਹੋ ਰਿਹਾ, ਉਹ ਸਿੱਖ ਪੋਲੀਟਿਕਸ 'ਚ ਆਉਣਾ ਚਾਹੁੰਦੇ ਨੇ, ਮਤਲਬ ਐਸ ਜੀ ਪੀ ਸੀ ਵਾਲੀ ਉੱਧਰ? ਯਾਰ, ਜਦੋਂ ਇਲੈਕਸ਼ਨ ਆਉਂਦੀਆਂ ਨੇ ਸਾਰੇ ਲੋਕ ਆਪੋ ਆਪਣੇ ਕਰ ਦਿਆ, ਡੈਮੋਕ੍ਰੇਸੀ ਹੈ, ਹਰੇਕ ਨੂੰ ਹੱਕ ਹੈ, ਕੋਈ ਕੁਛ ਵੀ ਕਰੇ, ਉਹਦੇ ਬਾਰੇ ਮੈਂ ਕੀ ਕਮੈਂਟ ਕਰ ਸਕਦਾ? ਟਕਸਾਲੀ ਪਾਰਟੀ ਤੁਸੀਂ ਸਮਝਦੇ ਹੋ ਕਿ ਅਕਾਲੀ ਦਲ ਨੂੰ ਕੋਈ ਫਰਕ ਪਊਗਾ? ਮੈਂ ਕੁਛ ਨਹੀਂ ਕਹਿ ਸਕਦਾ ਇਹਦੇ ਬਾਰੇ, ਇਹ ਤਾਂ ਇਲੈਕਸ਼ਨ ਦੱਸੂਗੀ ਵੀ ਕਿੰਨਾ ਕੋਈ ਕਿਸੇ ਦਾ ਕਿੰਨਾ ਪ੍ਰਭਾਵ ਹੈ, ਤਾਂ ਲੋਕਾਂ ਨੇ ਦੱਸਣਾ। ਲੋਕਾਂ ਡੈਮੋਕ੍ਰੇਸੀ 'ਚ ਲੋਕਾਂ ਦਾ ਹੁੰਦਾ ਹੱਥ ਸਾਰਾ ਕੁਛ। ਵੱਡੇ ਢੀਂਡਸਾ ਦੇ ਇਸ ਜਵਾਬ ਤੋਂ ਬਾਅਦ D5 ਚੈਨਲ ਪੰਜਾਬੀ ਵੱਲੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਅਸਲ 'ਚ ਪਰਮਿੰਦਰ ਢੀਂਡਸਾ ਹੀ ਸੀਟ 'ਤੇ ਚੋਣ ਲੜਨਗੇ ਜਾਂ ਫਿਰ ਕੋਈ ਹੋਰ ਉਮੀਦਵਾਰ ਇਸ ਮੈਦਾਨ 'ਚ ਉਤਰੇਗਾ। ਇਸ ਬਾਰੇ ਗੱਲ ਸਪਸ਼ਟ ਕਰਨ ਲਈ ਸਾਡੇ ਪੱਤਰਕਾਰ ਕਾਸੀ ਫਾਰੂਕੀ ਵੱਲੋਂ ਜਦੋਂ ਪਰਮਿੰਦਰ ਸਿੰਘ ਢੀਂਡਸਾ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਖੁਦ ਹੀ ਸੁਣ ਲਵੋ। ਢੀਂਡਸਾ ਸਾਹਿਬ, ਮੈਂ ਫਾਰੂਕੀ ਬੋਲ ਰਿਹਾ ਸੀ ਜੀ। ਹਾਂਜੀ ਹਾਂਜੀ। ਢੀਂਡਸਾ ਸਾਹਿਬ, ਇੱਕ ਨਾ ਚਰਚਾ ਚੱਲ ਰਹੀ ਹੈ ਤੁਹਾਡੇ ਸੰਗਰੂਰ ਤੋਂ ਇਲੈਕਸ਼ਨ ਲੜਨ ਦੀ ਤੁਹਾਡੇ ਬਾਰੇ, ਕੀ ਤੁਸੀਂ ਇੰਟਰਸਟਿਡ ਹੈਗੇ ਹੋ ਇਸ ਮਾਮਲੇ 'ਚ? ਨਹੀਂ, ਹਜੇ ਤਾਂ ਕੋਈ ਐਸੀ ਕੋਈ ਉਹ ਨਹੀਂ ਹੈਗੀ। ਤੇ ਮੈਨੂੰ ਕਿਹਾ ਜ਼ਰੂਰ ਸੀ, ਪਰ ਮੈਂ ਹਜੇ ਉਹਨਾਂ ਨੂੰ ਹਾਂ ਤਾਂ ਕੀਤੀ ਨਹੀਂ। ਅੱਛਾ, ਤੁਹਾਨੂੰ ਕਿਹਾ ਜ਼ਰੂਰ ਸੀ, ਲੇਕਿਨ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਉਹ ਵੀ ਤੁਹਾਨੂੰ ਮਨਾ ਕਰ ਚੁੱਕੇ ਨੇ, ਜਿਹੜੀ ਰਾਏ ਦੇ ਚੁੱਕੇ ਨੇ, ਉਹਨਾਂ ਦਾ ਵੀ ਇੱਕ ਬਿਆਨ ਆਇਆ ਜੀ। ਹਾਂ ਨਹੀਂ, ਉਹਨਾਂ ਨੇ ਤਾਂ ਕਹੀ ਸੀਗਾ, ਹਜੇ ਕਿਹੜਾ ਮੈਂ ਕਿਹੜਾ ਕੋਈ ਉਹਦਾ ਉਹ ਕੀਤਾ ਜੀ, ਪਰ ਪਾਰਟੀ ਕਹਿ ਰਹੀ ਆ, ਹੁਣ ਦੇਖਦੇ ਹਾਂ ਜੀ। ਮੈਂ ਹਜੇ ਕੋਈ ਇਹਦੇ ਬਾਰੇ ਡਿਸੀਜਨ ਨਹੀਂ ਲਿਆ। ਨਹੀਂ, ਤੁਸੀਂ ਉਹਨਾਂ ਨੂੰ ਮਨਾ ਕਰਤਾ ਸੀ ਕਿ ਮੈਂ ਲੜਨਾ ਨਹੀਂ? ਮੈਂ ਉਹਨੂੰ ਕਹਿਤਾ ਸੀ ਮੈਂ ਹੈਗਾ MLA ਆਲਰੇਡੀ, ਤੇ ਵੀ ਮੇਰਾ ਜੇ ਅਵੋਇਡ ਹੋ ਸਕੇ ਤਾਂ ਕੋਸ਼ਿਸ਼ ਕਰੋ ਜੀ ਕਿਸੇ ਹੋਰ ਨੂੰ ਲੜਾ ਲਓ। ਭਗਵੰਤ ਮਾਨ ਵੱਲੋਂ ਪੂਰੇ ਹਲਕਿਆਂ 'ਚ ਆਪਣੇ ਦੌਰੇ ਕਰਨੇ ਸ਼ੁਰੂ ਕਰ ਦਿੱਤੇ ਤੇ ਲਗਾਤਾਰ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਗਲੇ ਕੁਝ ਦਿਨਾਂ 'ਚ ਸੰਗਰੂਰ ਹਲਕੇ ਦਾ ਦੌਰਾ ਕੀਤਾ ਜਾਣਾ ਹੈ। ਕਿਹਾ ਜਾ ਰਿਹਾ ਹੈ ਕਿ ਉਸ ਸਮੇਂ ਸੁਖਬੀਰ ਬਾਦਲ ਉਮੀਦਵਾਰ ਦਾ ਐਲਾਨ ਕਰ ਸਕਦੇ ਨੇ। ਉੱਧਰ ਕਾਂਗਰਸ ਵੱਲੋਂ ਵੀ ਕੇਵਲ ਸਿੰਘ ਢਿੱਲੋਂ ਤੇ ਬੀਬੀ ਹਰਜਿੰਦਰ ਕੌਰ ਭੱਠਲ ਨੂੰ ਇਸ ਸੀਟ 'ਤੇ ਉਮੀਦਵਾਰ ਹੋਣ ਦੇ ਚਰਚੇ ਚੱਲ ਰਹੇ ਨੇ। ਸੰਗਰੂਰ ਤੋਂ ਆਕਾਂਕਸ਼ਾ ਗਰਗ ਦੀ ਰਿਪੋਰਟ, D5 ਚੈਨਲ ਪੰਜਾਬੀ।